ਤਾਂ ਹੀ ਤੇ ਕਹਿਣਾ ਚਾਹਨਾ ਮਹਿਫਿਲ ਵਿੱਚ ਆਕਾ ਦੀ ਗੱਲਬਾਤ ਜ਼ਰੂਰੀ ਏ। ਜੋ ਮੇਰਾ ਅਕੀਦਾ ਹੈ ਨਾ ਉਸਤਾਦ ਮੁਹਤਰਮ ਦੀ ਮੌਜੂਦਗੀ ਐਲਾਨ ਕਰਨਾ ਚਾਹੁੰਦਾ, ਅੱਲਾ ਦਾ ਵਲੀ ਹੋਵੇ ਉਹਦੀ ਜੁੱਤੀ ਦੀ ਖਾਕ ਮੇਰੀ ਅੱਖੀ ਦਾ ਸੁਰਮਾ ਹੈ। ਜਿਹੜਾ ਅੱਲਾ ਦੇ ਵਲੀ ਨੂੰ ਨਹੀਂ ਮੰਨਦਾ ਬੰਦਾ ਹੀ ਸ਼ੈਤਾਨ ਹੈ। ਤੇ ਜਿਹੜਾ ਆ ਕੇ ਸੋਹਣੇ ਨਬੀ ਸੱਲੱਲਾਹੁ ਅਲੈਹਿ ਵਾਲੇ ਵਸੱਲਮ ਨੂੰ ਵੱਡੇ ਭਰਾ ਜੀ ਨਾ ਸਮਝੋ, ਉਸ ਘੋੜੇ ਬੇਈਮਾਨ ਨੂੰ ਗੋਲੀ ਮਾਰ ਦਿਓ ਜਿਹੜਾ ਆਖੇ ਮੇਰੇ ਨਬੀ ਨੂੰ ਵੱਡੇ ਭਰਾ ਜੀ ਨਾ ਸਮਝੋ, ਬਰਮਲਾ ਤੌਰ ਤੇ ਐਲਾਨ ਕਰਨਾ, ਕੁਰਾਨ ਲਿਆਓ ਹੱਥ ਰੱਖ ਕੇ ਕਹਿ ਦੇਣਾ, ਇਸ ਤੋਂ ਵੱਡੀ ਕਿਹੜੀ ਤੁਹਾਨੂੰ ਦਲੀਲ ਦੇਵਾਂ। ਉਸਤਾਦਾਂ ਦੀ ਮੌਜੂਦਗੀ ਚਾਰ ਉਸਤਾਦਾਂ ਨੂੰ ਅਲਹਮਦੁਲਿਲਾ ਫਖਰ ਹੈ ਅੱਲਾ ਦੀ ਮਿਹਰਬਾਨੀ ਨਾਲ। ਅੱਜ ਤੀਕਰ 17 ਸਾਲਾਂ 18 ਦੇ ਅੰਦਰ ਕੋਈ ਬੰਦਾ ਸਾਬਤ ਨਹੀਂ ਕਰ ਸਕਦਾ ਕਿ ਮੈਂ ਕਿਸੇ ਨੂੰ ਪੈਸੇ ਦੀ ਵਜ੍ਹਾ ਤੋਂ ਤੰਗ ਕੀਤਾ ਹੋਵੇ। ਕੋਈ ਦੇਵਣ ਠੀਕ ਹੈ, ਨਾ ਦੇਵਣ ਤਾਂ ਕਿਹੜਾ ਇੱਥੇ ਕੱਟੇ ਵੇਚੇ ਨੇ ਅੱਲਾ ਦੀ ਰਜ਼ਾ ਵਾਸਤੇ। ਯਕੀਨਣ ਆ ਜਿਹੜੇ ਤੁਸੀਂ ਬੈਠੇ ਹੋ ਨਾ, ਸਾਡੇ ਵਾਸਤੇ ਇਹ ਹੀ ਬੜੀ ਖੁਸ਼ੀ ਦੀ ਬਾਤ ਹੈ ਕਿ ਅਸੀਂ ਇੱਕ ਸੁਣਾਉਣ ਵਾਲੇ ਹੁੰਦੇ ਹਾਂ ਅਤੇ ਹਜ਼ਾਰਾਂ ਤੁਸੀਂ ਸੁਣਨ ਵਾਲੇ ਹੁੰਦੇ ਹੋ। ਇਹ ਥੋੜ੍ਹੀ ਗੱਲ ਹੈ ਯਾਰ, ਅਗਰ ਤੁਸੀਂ ਸੁਣਨ ਵਾਸਤੇ ਨਾ ਆਓ, ਅਸੀਂ ਭਾਵੇਂ ਜਿੱਡੇ ਵੱਡੀ ਮਰਜ਼ੀ ਖਤੀਬ ਹੋ ਜਾਈਏ, ਜੇ ਤੁਸੀਂ ਸੁਣਨ ਵਾਸਤੇ ਨਾ ਆਓ, ਤੁਹਾਡੇ ਦਿਲਾਂ 'ਚ ਅੱਲਾ ਮੁਹੱਬਤ ਨਾ ਪੈਦਾ ਕਰੇ ਤਾਂ ਸਾਡੀ ਖਿਤਾਬਤ ਕਿਸ ਕੰਮ ਦੀ। ਅਗਰ ਸਾਡੀ ਇੱਜ਼ਤ ਹੈ ਤਾਂ ਤੁਹਾਡੇ ਨਾਲ ਹੈ, ਆ ਸੁਣਨ ਵਾਲਿਆਂ ਨਾਲ ਸਾਹਮਣੇ। ਉੱਥੇ ਮੈਨੂੰ ਸਿਆਲਕੋਟ ਬੰਦਾ ਕਹਿਣ ਲੱਗਾ, ਮੈਂ ਉਹਦਾ ਨਾਂ ਨਹੀਂ ਲੈਣਾ, ਕਹਿਣ ਲੱਗਾ ਇਹਨਾਂ ਦੀ ਛੱਡੋ ਫਰਮਾਇਸ਼ਾਂ, ਤੁਸੀਂ ਪ੍ਰੋਗਰਾਮ ਸਾਡੇ ਕਹਿੰਦਾ। ਮੈਂ ਕਿਹਾ ਅਗਰ ਇਹ ਆਉਂਦੇ ਨਾ ਤਾਂ ਪ੍ਰੋਗਰਾਮ ਸੁਣਾਉਂਦਾ ਕਿਹਨੂੰ, ਅਗਰ ਇਹ ਆਉਂਦੇ ਨਾ ਤਾਂ ਪ੍ਰੋਗਰਾਮ ਸੁਣਾਉਂਦਾ ਕਿਹਨੂੰ ਤੂੰ, ਇਹਨਾਂ ਦੀ ਫਰਮਾਇਸ਼ਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ। ਮਹਿਫਿਲ ਵਿੱਚ ਆਕਾ ਦੀ ਗੱਲਬਾਤ ਜ਼ਰੂਰੀ ਏ। ਵੀਡੀਓ ਵਾਲੇ ਅੱਲਾ ਤੇਰੀ ਜ਼ਿੰਦਗੀ ਦਰਾਜ਼ ਫਰਮਾਏ, ਗਲੀ ਗਲੀ ਬਾਜ਼ਾਰ ਬਾਜ਼ਾਰ ਦੇ ਅੰਦਰ ਨਬੀ ਦੇ ਗੁਲਾਮਾਂ ਦੀ ਇਹ ਸੀਡੀ ਚਲਾ ਦਿਓ, ਨੈੱਟ ਦੇ ਉੱਤੇ, ਫੇਸਬੁੱਕ ਦੇ ਉੱਤੇ, ਇਧਰੋਂ ਜਨਾਬ ਵਟਸਐਪ ਦੇ ਉੱਤੇ ਕਰ ਦਿਓ ਲੋਕਾਂ ਨੂੰ। ਸੋਹਣੇ ਦੇ ਗੁਲਾਮ ਬੈਠੇ ਨੇ, ਖਤਮੇ ਨਬੂਵਤ ਦੇ ਦੀਵਾਨੇ ਪਰਵਾਨੇ ਬੈਠੇ ਨੇ, ਕਿਉਂ ਨਾ ਕਹਿ ਦਈਏ ਮਹਿਫਿਲ ਵਿੱਚ ਆਕਾ ਦੀ ਗੱਲਬਾਤ ਜ਼ਰੂਰੀ ਏ। ਜਿਵੇਂ ਹਮਦ ਜ਼ਰੂਰੀ ਜਿਵੇਂ ਹਮਦ ਜ਼ਰੂਰੀ ਏ, ਉਵੇਂ ਨਾਤ ਜ਼ਰੂਰੀ ਏ। ਆਖੋਗੇ ਦਲੀਲ ਕੀ ਏ, ਆਖੋਗੇ ਦਲੀਲ ਕੀ, ਯਾ ਅਯੂਹੱਲਜ਼ੀਨਾ ਆਮਨੂ ਅਤੀਉੱਲਾ ਵਾ ਅਤੀਉਰ ਰਸੂਲ। ਜਿਵੇਂ ਹਮਦ ਜ਼ਰੂਰੀ ਏ, ਉਵੇਂ ਨਾਤ ਜ਼ਰੂਰੀ ਏ। ਮਹਿਫਿਲ ਵਿੱਚ ਆਕਾ ਦੀ ਗੱਲਬਾਤ ਜ਼ਰੂਰੀ ਏ, ਮਹਿਫਿਲ ਵਿੱਚ ਆਕਾ ਦੀ ਗੱਲਬਾਤ ਜ਼ਰੂਰੀ ਏ। ਜੇ ਜ਼ਬਾਨ ਸੜ ਜਾਏ, ਅੱਖਾਂ ਬੇਨੂਰ ਹੋਵਨ, ਗੁਸਤਾਖ ਜੋ ਮਦਨੀ ਸਰਕਾਰ ਦਾ ਏ। ਜਿਸ ਦਿਲ ਵਿੱਚ ਨਬੀ ਦੀ ਉਹ ਬਣਾਈ, ਨਾ ਲੈਣਾ ਕਿ ਉਸ ਮੁਰਦਾ ਦਾਏ। ਰੱਬ ਪੈਦਾ ਹੀ ਨਹੀਂ ਕੀਤਾ ਇਸ ਜੱਗ ਅੰਦਰ, ਬਰਾਬਰ ਅਹਿਮਦ ਸਰਕਾਰ ਦਾਏ। ਮਦੀਨਾ ਵੇਖਿਆ ਸੀਨੇ ਨੂੰ ਠੰਡ ਪੈਂਦੀ, ਮਨਜ਼ੂਰ ਰੱਖਦਾ ਸ਼ੌਕ ਦੀਦਾਰ ਦਾਏ। ਮਹਿਫਿਲ ਵਿੱਚ ਆਕਾ ਦੀ ਗੱਲਬਾਤ ਜ਼ਰੂਰੀ ਏ, ਜਿਵੇਂ ਹਮਦ ਜ਼ਰੂਰੀ ਏ, ਜਿਵੇਂ ਹਮਦ ਜ਼ਰੂਰੀ ਏ, ਉਵੇਂ ਨਾਤ ਜ਼ਰੂਰੀ ਏ। ਮਹਿਫਿਲ ਵਿੱਚ ਆਕਾ ਦੀ ਗੱਲਬਾਤ ਜ਼ਰੂਰੀ ਏ। ਕੋਈ ਮੰਨੇ ਜਾਂ ਨਾ ਮੰਨੇ ਆਪਣਾ ਤੇ ਅਕੀਦਾ ਏ, ਕੋਈ ਸਮਝੇ ਜਾਂ ਨਾ ਸਮਝੇ ਆਪਣਾ ਤੇ ਅਕੀਦਾ ਏ। ਜੰਨਤ ਨੂੰ ਜਾਵਣ ਲਈ ਉਹਦੀ ਇਤਾਤ ਜ਼ਰੂਰੀ ਏ। ਕਹਿ ਦਿਓ ਨੂੰ ਜਾਵਣ ਲਈ ਉਹਦੀ ਇਤਾਤ ਜ਼ਰੂਰੀ ਏ।
محفل وچ آقا دی گل بات ضروری ہے، اے غافل من جا رہبر اس آقا نو، اے غافل من جا رہبر اس آقا نو، روزے محشر جس دی یا روزات ضروری ہے، جنت دا دروازہ کھلان والا کون ہے؟ محمد الرسول اللہ، روزے محشر جس دی یا روزات ضروری ہے، محفل وچ آقا دی گل بات ضروری ہے، آقا نے فرمایا سنت نو مناو نا، سونے نے فرمایا سنت نو مناو نا، سنت رکھنا یارو ہن بہت ضروری ہے، کیوں جی ضروری ہے کہ نہیں، ہے کہ نہیں ضروری ہے، سنت رکھنا یارو، مینو اللہ دی قسم ہے جدو میں کوئی سنت والا یہودی دی نظر چاہتا ہے یہودی سڑ بڑ جانا ہے، سڑ بڑ جانا ہے، تے ساڈا کام ہے یہودیاں نو سڑ بال کے رکھنا، سنت رکھنا یارو ہن بات ضروری ہے، محفل وچ آقا دی گل بات ضروری ہے، جویں حمد ضروری ہے اوویں نعت ضروری ہے، محفل وچ آقا دی گل بات ضروری ہے۔